ago, my mom and I went to go see two plays by an old friend, Mr. Nahad Ojla. When I was younger, Mr. Ojla's kids and I did Punjabi children's plays together, and I was excited to see what everyone had been up to and was happy to know that they were still involved in the dramatic arts. At the time I went to go see the play, I was writing my own piece for today's event about gender inequality, identity issues, and miscommunication due to generation and culture gaps between our parents and ourselves. First Canadian Punjabi. When I saw Mr. Ojla's play, I stopped writing. It said everything I wanted. I can't wait for you all to see it. If you didn't think that this event was necessary for our youth before, you would have loved to see this play. ਜਿਹੜੀਆਂ ਦਾ ਚੰਬਾ ਪ੍ਰੋਗਰਾਮ 'ਚ ਅਸੀਂ ਕੁਝ ਇਹੋ ਜਿਹੇ ਇਸ਼ੂਜ਼ 'ਤੇ ਗੱਲ ਕਰਨਾ ਚਾਹੁੰਦੇ ਸੀ ਜਿਹੜੇ ਸਾਡੇ ਪਰਿਵਾਰਾਂ ਤੋਂ ਸ਼ੁਰੂ ਹੋਏ ਲੇਕਿਨ ਪਰਿਵਾਰਾਂ ਤੋਂ ਸ਼ੁਰੂ ਹੋ ਕੇ ਸਾਡੀ ਸਾਰੀ ਕਮਿਊਨਿਟੀ ਦੀ ਸਮੱਸਿਆ ਬਣ ਗਏ ਬੱਚਿਆਂ ਦੇ ਮਾਂ ਪਿਓ ਦੇ ਆਪਸੀ ਰਿਸ਼ਤਿਆਂ 'ਚ ਤਰੇੜਾਂ ਆ ਗਈਆਂ ਨਿਰਾਸ਼ ਬੱਚੇ ਡਰੱਗਸ ਦੇ ਹੋਰ ਲੜਾਈਆਂ ਵਿੱਚ ਇਨਵੋਲਵ ਹੋ ਗਏ ਮਾਂ ਬਾਪ ਸੋਚ ਸੋਚ ਕੇ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਗਏ ਬੱਚਿਆਂ ਨਾਲ ਗੱਲ ਕਰੋ ਤਾਂ ਉਹ ਠੀਕ ਲੱਗਦੇ ਨੇ ਜਦੋਂ ਮਾਂ ਪਿਓ ਨਾਲ ਗੱਲ ਕਰਦੇ ਹਾਂ ਤੇ ਉਹਨਾਂ ਦਾ ਵੀ ਕਸੂਰ ਕੋਈ ਨਹੀਂ ਲੱਗਦਾ ਸੋ ਆਪਣੇ ਕਲਮ ਰਾਹੀਂ ਕੁਝ ਆਪਣੇ ਵੱਲੋਂ ਅਸੀਂ ਕਹਿਣਾ ਚਾਹੁੰਦੇ ਸੀ ਜਿਵੇਂ ਜੋਤ ਨੇ ਦੱਸਿਆ ਸਿਗਰਟ ਲਿਖਣੀ ਸ਼ੁਰੂ ਕਰ ਦਿੱਤੀ ਸੀ ਉਹਨਾਂ ਦੇ ਨਾਲ ਚਨਾਰ ਔਜਲਾ ਹੋਣ ਦਾ ਨਾਟਕ ਦੋ ਨਾਟਕ ਅਸੀਂ ਦੇਖੇ ਤੇ ਬਹੁਤ ਹੀ ਪਿਆਰਾ ਲੱਗਿਆ ਡਾਂਗਰਾਂ ਦੀ ਦੌੜ ਅਸੀਂ ਇਹਨਾਂ ਤੱਕ ਪਹੁੰਚ ਕੀਤੀ ਤੇ ਸਾਡੀ ਬੇਨਤੀ ਇਹਨਾਂ ਨੇ ਕਬੂਲ ਕੀਤੀ ਤੇ ਹੁਣ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਅੱਜ ਚੇਤਨਾ ਕਲਚਰਲ ਮੰਚ ਵੱਲੋਂ ਨਾਰ ਔਜਲਾ ਹੋਣ ਦਾ ਲਿਖਿਆ ਨਾਟਕ ਡਾਂਗਰਾਂ ਦੀ ਦੌੜ Breaking news!
Hello. Hello, Sharon. How are you? Hello, hello. Who's speaking? Manurana. No one is speaking. Punjabi ji gal karde ne. I'm calling ma'am. Acha Sharon ji, tusi eh dasso ki tadi sehat ki gal. Effect pehle bade bahut masla masla banaya. Shake shop pinde ne. Ohi shake shop. Nu pade ne mere tar mere ki mere aake pinde ya. Nu patana shake kehnde ya.
ਇੱਕ ਆ 5-7 ਅਖਬਾਰ ਚੱਕ ਲਿਆ ਉਹਨੇ ਪੰਜਾਬੀ ਦੇ ਫਿਰ ਜਿੱਥੇ ਦੇਖਦੇ ਉੱਥੇ ਸਿਰਦਾ ਨੇ ਉੱਥੇ ਮੇਰੇ ਵਰਗੀ ਚੱਕ ਨਿਕਲੀ ਜਾਂਦੀ ਹੈ ਨਾ ਮੈਂ ਕਿਹਾ ਸੁਣਦੇ ਹੋ ਕੋ ਸਰ ਮੈਂ ਕੱਲੀ ਉਹ ਬੋਲੀ ਜਾਨੀ ਆ ਜੀ ਆ ਖਬਰ ਪੜ ਕੇ ਦੇ ਤੁਸੀਂ ਉਹ ਸੁਣਾ ਦਿਓ ਸਾਰੇ ਟ੍ਰਾਂਟੋ ਦੇ ਵਿੱਚ ਬੈਂਕ ਰੋਬਰੀ ਹੋਈ ਆ ਚਾਰ ਪੰਜ ਮੁੰਡੇ ਆਪਣੇ ਪੰਜਾਬੀਆਂ ਦੇ ਵੀ ਸੀ ਤਾਂ ਹੋ ਸੋ ਇੱਕ ਤਾਂ ਪੁਲਿਸ ਦੁਕਾਨ ਦੇ ਮਾਰਿਆ ਵੀ ਗਿਆ ਇਹੋ ਜਿਹੀਆਂ ਖਬਰਾਂ ਕੇ ਵੈਨਕੂਵਰ ਚ ਸੁਣਦੇ ਹੁੰਦੇ ਸੀ ਹੁਣ ਵੈਨਕੂਵਰ ਦੇ ਛੱਡ ਉਹ ਜਿਹੜੇ ਹਿਸਾਬ ਨਾਲ ਆਪਣੀ ਕਮਿਊਨਿਟੀ ਚ ਗੈਂਗ ਬਣ ਗਿਆ ਰੰਗ ਦਿਖਦੀ ਆ ਇਹ ਤੋਂ ਸਾਰਾ ਕੁਝ ਨਹੀਂ ਦੇਖਿਆ ਕਰੇ ਤੁਸੀਂ ਕਿਸੇ ਦੀ ਛੱਡੋ ਕਦੇ ਆਪਣੇ ਨਿਆਣੇ ਬਾਰੇ ਪੁੱਛਿਆ ਮੈਂ ਤਾਂ ਬੈਂਕਰ ਹੋ ਗਈ ਗੱਲ ਤੂੰ ਬੱਚੇ ਆਪਣੇ ਨੂੰ ਕਿੱਥੋਂ ਲਿਆ ਬੜਾ ਹੈ ਕੀ ਹੋਇਆ ਚੰਗੇ ਭਲੇ ਨੇ ਚੰਗੇ ਭਲੇ ਤਾਂ ਹੈਗੇ ਪਰ ਕਦੇ ਕੀਤੀ ਆ ਗੱਲਬਾਤ ਬੈਠ ਕੇ ਉਹਨਾਂ ਨਾਲ ਕੀ ਗੱਲ ਕਰਦੀ ਹੈ ਤੂੰ ਚਾਹਣੀ ਕੀ ਆ ਮੈਂ ਚਾਹੁੰਦੀ ਆ ਕਿ ਬੱਚੇ ਆਪਣੇ ਵੱਡੇ ਹੋ ਗਏ ਸਾਨੂੰ ਪਤਾ ਹੋਣਾ ਚਾਹੀਦਾ ਕਿ ਉਹ ਕਿੱਥੇ ਜਾਂਦੇ ਨੇ ਕਿੱਥੋਂ ਆਉਂਦੇ ਨੇ ਮੈਂ ਨਾ ਵੀ ਕਰ ਸਕਦੀ ਨਾ ਮੈਂ ਹੁਣ ਕਿੱਥੇ ਕਿੱਥੇ ਹੋ ਜਾਵਾਂ ਬਾਹਰ ਵੀ ਕਰਾਂ ਘਰ ਦਾ ਵੀ ਕਰਾਂ ਆ ਥੋੜਾ ਚੱਕਾ ਆਉਂਦੇ ਵੀ ਇਹ ਫੜ ਕੇ ਬਹਿ ਜਾਂਦੇ ਆ ਇਹਨੂੰ ਕੀ ਲੱਗਦਾ ਹੈ ਹੁਣ ਮੈਂ ਕੰਮ ਤੋਂ ਆ ਕੇ ਕਹਿੰਦਾ ਉਹਨਾਂ ਨੇ ਕੁਝ ਕੁਝ ਕਰ ਬੈਠਾ ਹੈ ਜਦ ਗੱਲ ਕਰਦੇ ਆ ਜੋ ਆ ਕੇ ਕਰਦੇ ਨੇ ਤਾਂ ਫਿਰ ਤੱਪੜਦਾ ਜਾਂਦੇ ਨੇ ਗੱਲ ਤੇ ਥੱਪੜ ਮਾਰਨਾ ਵੀ ਕੋਈ ਸੈਂਸ ਨਹੀਂ ਬਣਦੀ ਜੇ ਆਪਣੀ ਗੱਲ ਸੁਣਾਉਨੇ ਹੋ ਤਾਂ ਸੁਣ ਲਾ ਤੇ ਮਾਦਾ ਰੱਖਿਆ ਕਰੋ ਅਰੇ ਜੀ ਮਾਦਾ ਬੁਗਾ ਕੋਈ ਸੁਣਾ ਲੈ ਕਰ ਹੁਣ ਤਾਂ ਮੇਰੀ ਵੀ ਨਹੀਂ ਸੁਣਦੇ ਅੱਜ ਮੈਂ ਰਮਨ ਨੂੰ ਬਥੇਰਾ ਰੋਕਿਆ ਕਿ ਤੂੰ ਬਾਹਰ ਨਾ ਜਾ ਪਰ ਉਹਨੇ ਮੇਰੀ ਇੱਕ ਨਹੀਂ ਸੁਣੀ ਠੀਕ ਹੈ ਤਾਂ ਮੈਂ ਕਰ ਨਹੀਂ ਉਹ ਕਿੱਥੇ ਗਿਆ ਮੈਨੂੰ ਨਹੀਂ ਪਤਾ ਕਹਿੰਦੇ ਮੇਰੇ ਫਰੈਂਡ ਦੀ ਪਾਰਟੀ ਹੈ ਮੈਂ ਤਾਂ ਉੱਥੇ ਜਾਣਾ ਤੈਨੂੰ ਪਤਾ ਉਹ ਇੱਕ ਵਾਰ ਪਹਿਲਾਂ ਵੀ ਚਲੀ ਗਈ ਸੀ ਪਾਰਟੀ ਤੇ ਕੋਈ ਆਪਾਂ ਸਾਰੇ ਰਾਤ ਤੱਕ ਉੱਥੇ ਰਹੇ 2 ਵਜੇ ਪੁੱਜੀ ਸੀ ਸਵੇਰ ਨਾ ਮੈਂ ਕਰ ਸੀ ਭੇਜੀ ਤੂੰ ਸਾਡਾ ਸਫਾਇਆ ਦੇਣ ਦੀ ਲੋੜ ਕੋਣ ਕਰ ਰਿਹਾ ਮੈਂ ਤਾਂ ਬਥੇਰੀ ਵਾਰ ਕਰ ਲਿਆ ਚੱਕਦੀ ਹੋਈ ਨਹੀਂ ਠੀਕ ਹੈ ਹੋਰ ਨਹੀਂ ਚੱਕਦੀ ਕੋਈ ਉੱਤੋਂ ਕਿੰਨੀ ਰਾਤ ਹੋ ਗਈ ਹੈ ਨਾ ਤੁਸੀਂ ਹੁਣ ਕਿੱਥੇ ਚਲੇ ਹੋ ਗੱਲ ਤੁਹਾਡੀ ਕੀਤੀ ਹੋਈ ਆ ਮੈਂ ਕਿੱਥੇ ਜਾਣਾ ਸੀ ਬਾਹਰ ਦੇਖਣ ਚੱਲਿਆ ਸੀ ਰੋਬੀ ਕਿੱਥੇ ਆਪਾਂ ਉਹ ਵੀ ਨਿਕਲ ਗਿਆ ਕਾਰ ਲੈ ਕੇ ਉਹ ਵੀ ਹੁਣ ਘਰ ਦੀ ਕਿਹੜੀ ਗੱਲ ਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਮੁੰਡੇ ਨੂੰ ਸਪੋਰਟਸ ਕਾਰ ਲੈ ਕੇ ਦੇਣ ਦੀ ਕੀ ਲੋੜ ਸੀ ਪਰ ਕੰਮ ਵੀ ਤਾਂ ਮੁੰਡੇ ਜਿਹੜੇ ਕਰਦੇ ਆ ਸਾਰੀ ਤਾਂ ਇੰਡੀਆ ਦੀ ਹਰ ਕੱਖ ਨਹੀਂ ਸੀ ਜੁੜਿਆ ਤੇਰਾ ਚਾਹਵਾਂ ਨੂੰ ਚਾਹ ਆ ਲੈ ਦੇ ਲੈ ਕਰ ਲੋ ਚਾਹ ਪੂਰਾ ਹੁਣ ਕਈ ਕਈ ਦਿਨ ਸਕੂਲ ਨਹੀਂ ਵੜਦਾ ਉਹ ਹੁਣ ਮੁੰਡੇ ਨੂੰ ਵੜਦੇ ਰਹੇ ਉਹਨੂੰ ਦੇਖ ਫੋਨ ਕਰਕੇ ਉਹਨੂੰ ਬਤਾਓ ਉਹਨੇ ਕਿਹੜਾ ਘਰ ਦਾ ਫੋਨ ਦੇ ਕੇ ਫੋਨ ਚੱਕਣਾ ਉਹ ਵੈਸੇ ਕਬੂਤਰ ਵਾਂਗੂ ਖਾਂ ਵਿੱਚ ਜਾਂਦਾ ਹੈਲੋ 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 ਰੋਬੀ ਰੋਬੀ ਤੈਨੂੰ ਮੈਂ ਗੱਲ ਸੁਣਦੀ ਆ ਕੀ ਕਹਿ ਰਹਾ ਹੈਲੋ ਰੋਬੀ ਰੋਬੀ ਤੈਨੂੰ ਰਮਨ ਦਾ ਪਤਾ ਕਿੱਥੇ ਆ ਉਹਦਾ ਮੈਨੂੰ ਪਤਾ ਮੈਨੂੰ ਪਤਾ ਨਹੀਂ ਉਧਰ ਕੀ ਮਿਊਜ਼ਿਕ ਕੁਝ ਆ ਉਧਰ ਮਿਊਜ਼ਿਕ ਕੁਝ ਆ ਥੋੜਾ ਅੱਗੇ ਹੁੰਦਾ ਤੁਹਾਡਾ ਕੀ ਹੋਣਾ ਕੀ ਰਹਿ ਗਿਆ ਪਾਉਂਦਾ ਹੀ ਤੇ ਜਾ ਕੇ ਰੋਕੋ
ਨਹੀਂ ਜਾ ਤੂੰ ਕਿਹਨਾਂ ਬਾਹਰ ਜਾ ਕੇ ਨਹੀਂ ਆਈ ਡੋਨਟ ਨੀਡ ਯੂਰ ਪਰਮਿਸ਼ਨ ਤੇ ਜੀ ਬੱਚੇ ਪਾਲਣੇ ਕਿਤੇ ਸੌਖੇ ਨੇ ਤਪੱਸਿਆ ਕਰਨੀ ਪੈਂਦੀ
ਸਾਨੂੰ ਤਾਂ ਵੱਡੇ ਘਰ ਨਹੀਂ ਮਾਰ ਗਿਆ ਅਸੀਂ ਤਾਂ ਇਹ ਹੀ ਕਿਸ਼ਤਾਂ ਲਾਉਂਦੇ ਰਹੇ ਹੁਣ ਜਦ ਬੱਚੇ ਘਰ ਨਹੀਂ ਨਾ ਹੁੰਦੇ ਮੈਨੂੰ ਤਾਂ ਇਹ ਘਰ ਮੜੀਆਂ ਵਰਗਾ ਸੁੰਨਸਾਨ ਲੱਗਦਾ ਡਾਕਟਰ ਨੂੰ ਤਾਂ ਮੜੀਆਂ ਵਰਗਾ ਓਏ ਉਦੋਂ ਤਾਂ ਕਹਿੰਦੀ ਸੀ ਅਪਾਰਟਮੈਂਟ ਮੇਰਾ ਦਮ ਘੁੱਟਦਾ ਨਾ ਮੈਂ ਕੱਲੀ ਹੋ ਰਹੀ ਇੱਥੇ ਹੁਣ ਪਰ ਹੁਣ ਤੂੰ ਕੱਲੀ ਹੋ ਰਹੀ ਜਿਵੇਂ ਰਾਤ ਨੂੰ ਪਾਲਿਆ ਹਰ ਗੱਲ ਦਾ ਭਾਂਡਾ ਮੇਰੇ ਸਿਰੇ ਭਾਂਦਿਆ ਕਰੋ ਤੂੰ ਹਾਈ ਐਸੇ ਲੈ ਕਰ ਓਏ ਇੱਥੇ ਤੁਹਾਡੀ ਆ ਗੱਲ ਬਹੁਤ ਮਾੜੀ ਹੈ ਕਿ ਤੁਸੀਂ ਬੱਚਿਆਂ ਦੇ ਮਾਮਲੇ ਨੂੰ ਲੈ ਕੇ ਆਪਸ ਚ ਸਹਿਤ ਵਸਾ ਕੇ ਬੈਠ ਜਾਂਦੇ ਤੇ ਬੱਚੇ ਤੁਹਾਡੇ ਇਸ ਗੱਲ ਦਾ ਨਜਾਇਜ਼ ਫਾਇਦਾ ਖੋਦੇ ਵੀਰੇ ਮੈਂ ਤੈਨੂੰ ਬਥੇਰੀ ਵਾਰ ਕਿਹਾ ਵੀ ਨਿਆਣਿਆਂ ਸਾਹਮਣੇ ਨਾ ਲੜਿਆ ਕਰ ਪਰ ਇਹ ਬੰਦਾ ਨੱਕ ਤੇ ਮੁਖੀ ਨਹੀਂ ਬਹਿਣ ਦਿੰਦਾ ਤੇ ਤੇਰੇ ਕੋ ਬੇਟਾ ਉਹਦੇ ਮੂੰਹੋਂ ਦੇਖ ਵੱਡੀ ਭਲੇ ਮਾਨਸ ਦੀ ਮਰਦੀ ਹੈ ਓ ਯਾਰ ਤੁਸੀਂ ਹੁਣ ਚੁੱਪ ਵੀ ਕਰੋ ਹੁਣ ਮੈਨੂੰ ਵੀ ਕੁਝ ਸੋਚਣ ਦਿਓ ਭੈਣ ਹਾਂ ਮੁੰਡਾ ਆ ਗਈ ਹਾਂ ਅੰਦਰ ਰੋਕੀ ਕਰਦੀ ਅੰਦਰ ਤੂੰ ਕਹਿੰਦੇ ਕਿਹੜਾ ਮੇਰੇ ਘਰੋਂ ਬਾਹਰ ਨਾ ਹੋ ਕਿੱਥੇ ਚਲੀ ਜਾਵੇ ਇਸ ਵੇਲੇ ਮੇਰੇ ਵੱਲੋਂ ਜਿੱਥੇ ਬਚ ਜਾਵੇ ਮੇਰੇ ਵੱਲੋਂ ਪਰ ਕੀ ਰਬਰ ਰਬਰ ਇਹ ਕੌਣ ਆ ਮਾਰ ਕਾ ਬਸ ਨਹੀਂ ਕਰੋ ਹੁਣ ਤੂੰ ਵੀ ਚੱਲ ਬਾਹਰ ਤੂੰ ਵੀ ਨਿਕਲ ਮੈਨੂੰ ਕਿਸੇ ਦੀ ਲੋੜ ਨਹੀਂ ਉਹ ਪਾਗਲ ਹੋ ਗਿਆ ਭਾਈ ਹਾਂ ਮੈਂ ਪਾਗਲ ਹੋ ਗਿਆ ਪਾਗਲ ਹੋ ਗਿਆ ਮੈਂ ਪਾਗਲ ਮੈਂ ਤੇ ਮੇਰੇ ਧਿਆੜੇ ਦੇ ਪਾਗਲ ਕਰ ਦਿੱਤਾ ਇਹਨਾਂ ਗੱਲਾਂ ਦੀ ਕੋਈ ਸਮਝ ਨਹੀਂ ਆਉਂਦੀ ਉਹ ਤੁਸੀਂ ਤਰ੍ਹਾਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਤੁਸੀਂ ਤਾਂ ਬਸ ਆਪਣੀ ਹਰ ਗੱਲ ਆਪਣਾ ਹਰ ਗੱਲ ਬੱਚਿਆਂ ਦੇ ਠੋਸਣ ਲੱਗ ਪੈਂਦੇ ਹੋ ਤੁਹਾਨੂੰ ਪਤਾ ਇੱਥੋਂ ਦੇ ਜੰਮੇ ਪਲੇ ਬੱਚੇ ਕਾਫੀ ਸੂਝ-ਬੂਝ ਰੱਖਦੇ ਨੇ ਜੇ ਉਹਨਾਂ ਨਾਲ ਦੋਸਤਾਂ ਨਾਲ ਪਿਆਰ ਨਾਲ ਬੈਠ ਕੇ ਗੱਲ ਕੀਤੀ ਜਾਵੇ ਨਾ ਤਾਂ ਸਾਰੇ ਮਸਲੇ ਹੱਲ ਹੋ ਸਕਦੇ ਨੇ ਉਹ ਨਾਲੇ ਇੱਥੋਂ ਦਾ ਵੀ ਕੋਈ ਕਲਚਰ ਹੈ ਜੇ ਅਸੀਂ ਆਪਣੇ ਬੱਚਿਆਂ ਕੋਲੋਂ ਇੱਥੋਂ ਦੇ ਕਲਚਰ ਬਾਰੇ ਕੁਝ ਚੰਗਾ ਸਿੱਖਾਂਗੇ ਤਾਂ ਹੀ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਬਾਰੇ ਦੱਸ ਸਕਾਂਗੇ ਨਾ ਇਹਦਾ ਮਤਲਬ ਹੈ ਹੁਣ ਅਸੀਂ ਬੱਚਿਆਂ ਤੋਂ ਸਿੱਖਣਾ ਸ਼ੁਰੂ ਕਰਾਂਗੇ ਨਾ ਤੇ ਫਿਰ ਇਹਦੇ ਵਿੱਚ ਹਰਜ ਵੀ ਕੀ ਹੈ ਤੁਹਾਨੂੰ ਕੀ ਲੱਗਦਾ ਕਿ ਉਮਰ ਵਧਣ ਨਾਲ ਹੀ ਸਿਆਣਾ ਵੱਧ ਜਾਂਦੀ ਹੈ ਪਰ ਇਹ ਤੁਹਾਡੀ ਗਲਤ ਫਹਿਮੀ ਹੈ ਉਹ ਮੈਂ ਤਾਂ ਇਸ ਗੱਲੋਂ ਬੜਾ ਹੈਰਾਨ ਹੈ ਕਿ ਤੁਸੀਂ ਇੰਨਾ ਬਦਲ ਕਿਵੇਂ ਗਏ ਮੈਂ ਜਦੋਂ ਪਹਿਲੀ ਵਾਰੀ ਕੈਨੇਡਾ ਆਇਆ ਸੀ ਤਾਂ ਏਅਰਪੋਰਟ ਤੋਂ ਮੈਨੂੰ ਲੈਣ ਵਾਸਤੇ ਤੁਸੀਂ ਹੋ ਆਏ ਸੀ ਇੱਕ ਨਵੇਂ ਸ਼ਹਿਰ ਆਏ ਅਣਜਾਣ ਬੰਦੇ ਨੂੰ ਤੁਸੀਂ ਸਾਂਭਿਆ ਨਹੀਂ ਸਗੋਂ ਮੈਨੂੰ ਦਿਲ ਲਾਉਣ ਵਾਸਤੇ ਥਾਂ ਥਾਂ ਤੇ ਘੁਮਾਉਣ ਵੀ ਲੈ ਕੇ ਜਾਂਦੇ ਓਏ ਉਦੋਂ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਵੀ ਬੜਾ ਪਿਆਰ ਕਰਦੇ ਸੀ ਮੈਂ ਤਾਂ ਆਪਣੇ ਦੋਸਤਾਂ ਕੋਲੇ ਤੁਹਾਡੀਆਂ ਸਿਫਤਾਂ ਕਰਦਾ ਨਹੀਂ ਸੀ ਸਕਦਾ ਪਰ ਫਿਰ ਪਤਾ ਨਹੀਂ ਤੁਹਾਨੂੰ ਕੀ ਹੋ ਗਿਆ ਤੁਸੀਂ ਤਾਂ ਇਸ ਤਰ੍ਹਾਂ ਡਾਲਰਾਂ ਦੇ ਦੌੜ ਪਿੱਛੇ ਭੱਜੇ ਕਿ ਸਭ ਕੁਝ ਹੀ ਬਦਲ ਗਿਆ ਤੁਸੀਂ ਤਾਂ ਹਰ ਰਿਸ਼ਤੇ ਨੂੰ ਡਾਲਰਾਂ ਨਾਲ ਹੀ ਤੋਰਨ ਲੱਗ ਪਏ ਮੈਂ ਤੁਹਾਨੂੰ ਅੱਜ ਵੀ ਇੱਕ ਗੱਲ ਸਮਝਾਉਣਾ ਕਿ ਜੇ ਤੁਸੀਂ ਆਪਣੇ ਆਪ ਨੂੰ ਨਾ ਬਦਲਿਆ ਨਾ ਤਾਂ ਸਭ ਕੁਝ ਬਰਬਾਦ ਕਰਕੇ ਜਾਂਦੇ ਹੋ ਵੀਰੇ ਹੁਣ ਤੂੰ ਹੀ ਦੱਸ ਅਸੀਂ ਕੀ ਕਰੀਏ ਤੂੰ ਜੋ ਕਹੇਗਾ ਅਸੀਂ ਉਹ ਹੀ ਕਰਾਂਗੇ ਬਸ ਸਾਡਾ ਘਰ ਬਣ ਜਾਵੇ ਚੱਕਤਾ ਹੁਣ ਤੂੰ ਹੀ ਬਚਾ ਸਕਦਾ ਸਾਡੇ ਘਰ ਤੂੰ ਹੀ ਕਰ ਕੋਈ ਨਾ ਭਾਈ ਸਭ ਠੀਕ ਹੋ ਜਾਏਗਾ ਰਮਨ ਇੱਕ ਸਿਆਣੀ ਕੁੜੀ ਆ ਮੈਂ ਉਹ ਬਹੁਤ ਚੰਗੀ ਤਰ੍ਹਾਂ ਜਾਣਦਾ ਬਸ ਉਹਦੇ ਨਾਲ ਪਿਆਰ ਨਾਲ ਬੈਠ ਕੇ ਗੱਲ ਕਰਨ ਦੀ ਲੋੜ ਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਮੇਰਾ ਅੱਖਾਂ ਕਦੇ ਨਹੀਂ ਮੁੜੇਗੀ ਬਸ ਤੁਸੀਂ ਆਪਣੇ ਆਪ ਨੂੰ ਬਦਲੋ ਮੈਂ ਜਾ ਕੇ ਰਮਨ ਨਾਲ ਗੱਲ ਕਰਾਂਗਾ ਕਰਦਾ ਮੈਂ ਤੁਹਾਨੂੰ ਪਿਆਰ ਕਰਦਾ ਸੀ ਮੈਂ
ਮੈਂ ਖਾਸ ਤੌਰ 'ਤੇ ਭੈਣ ਜੀ ਰਾਮ ਘੁੰਮਣ ਜੀ ਇਹਨਾਂ ਦੀ ਆਵਾਜ਼ ਵੀ ਬੜੀ
बड़ी प्यारी आवाज तुसी सुनी है जी कहानी कि साडे मेंबर ने जी असि बेनती करते हैं कि साडे नाल गीता दे तौर ते भी खास तौर ते एक्टिव के भी उन्होंने मैं देखा है कि नाटकां दे विच एक्टिव भी करते रहे हैं ज्योत खास तौर ते दस्या जी साडे बेटी दे नाल नवनीत औजला जी अज आए हुए थे क्योंकि अमेरिका च होंदे सी जी उन्होंने पहले इन्होंने नाटक के साथ रोल भी किया पहले जो टीवी के नाटक हुए थे उन्होंने करमजीत गिल भी साडे नाटक डालरां की दौड़ देश प्रदेश इतने आई और एशिया वालों रंगला पंजाब वालों सुरसागर वालों कई बार टीवी से भी दिखाया गया उदों थोड़ा जिहा छोटा सी असीं उह नाटक जदों खेडे सी बहुत ज़्यादा रिस्पोंस आया कनेडा लैवल के लोगों वालों इन सराहाया गया सो एक बार फिर मैं भैन जी उन्हों का बहुत बहुत धन्यवाद करता जी थानू सारे सुनिया कि सानू बच्चों जरूर टाइम देना चाहिए बच्चे भी ठीक ने असी भी ठीक है बस थोड़ी जी मिसअंडरस्टैंडिंग हो जाती है जिड़ी कि सानू जल्दी दूर कर लेनी चाहिए इस तो पहला कि असी साढ़े परिवार कितने उछड़ जाए।